गाइस जे किसी अगर मैं YouTube सब्सक्राइब नहीं किया था करो तो बैन आइकन क्लिक करना ना भूलो। तो ज्यादा समय ना वीडियो स्टार्ट कर दें जी। हां जी अपना पहला प्रश्न है गाइस, जीन कैस्टक्स केड़े देश दे प्रधानमंत्री बने? फ्रांस दे जीन कैस्टक्स, जीन कैस्टक्स ए बने हैं जी। दी फ्रांस दी राजधानी है कि पेरिस ते दी करेंसी है कि यूरो। हां जी अपना अगला प्रश्न है जी, विश्व जागरण दिवस कदों मनाया जाता है? 7 जुलाई नूं मनाया जाता जी। ਵਿੱਚ ਆਗਰਟ ਦਿਵਸ 7 ਜੁਲਾਈ ਨੂੰ ਮਨਾਇਆ ਜਾਂਦਾ। ਹਾਂਜੀ ਆਪਣਾ ਅਗਲਾ ਹੈਗਾ ਵਾ, ਗੇਟਿੰਗ ਕੰਪਟੈਕਟਿੰਗ ਏ ਪ੍ਰੋਸ਼ੈਕਸ਼ਿਕਸ ਗਾਈਡ ਫੋਰ ਇੰਡੀਆ ਪੁਸਤਕ ਕਿਸਨੇ ਲਿਖੀ? ਹਾਂਜੀ ਇਹ ਲਿਖੀ ਹੈ ਜੀ ਆਰ ਸੀ ਭਾਰਗਵ ਨੇ। ਇਹ ਲਿਖਿਆ ਜੀ ਆਰ ਸੀ ਭਾਰਗਵ ਨੇ। ਹਾਂਜੀ ਆਰ ਸੀ ਭਾਰਗਵ ਜੀ ਨੇ ਪੁਸਤਕ ਲਿਖੀ ਹੋਈ ਆ। ਹਾਂਜੀ ਗਾਈਸ ਆਪਣਾ ਅਗਲਾ ਪ੍ਰਸ਼ਨ ਹੈਗਾ ਜੀ, ਭਾਰਤ ਵਿੱਚ ਕਮਾਨ ਸਰਵਿਸ ਮੈਂਬਰ ਦੀ ਪਹਿਲੀ ਟਰਾਂਸਜੈਂਡਰ ਆਪਰੇਟਰ ਕੌਣ ਬਣੀ? ਹਾਂਜੀ ਆਈਸ ਇਹਦਾ ਆਪਣਾ ਹੈਗਾ ਵਾ ਜੋਇਆ ਖਾਨ, ਇਹ ਜੀ ਪਹਿਲਾਂ ਬਣੀ ਹੈਗੀ ਹੈ ਜੀ। ਇਹ ਜੀ ਪਹਿਲੀ ਟਰਾਂਸਜੈਂਡਰ ਹੈ ਅਤੇ ਇਹ ਬੜੌਦਾ ਗੁਜਰਾਤ ਦੀ ਰਹਿਣ ਵਾਲੀ ਹੈ ਜੀ, ਬੜੌਦਾ ਗੁਜਰਾਤ ਦੀ ਰਹਿਣ ਵਾਲੀ ਹੈ ਜੀ। ਹਾਂਜੀ ਆਪਣਾ ਅਗਲਾ ਪ੍ਰਸ਼ਨ ਹੈ ਜੀ, ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਪ੍ਰਧਾਨ ਮੰਤਰੀ ਦੇ ਪਹਿਲੇ ਚੇਅਰਮੈਨ ਕੌਣ ਨਿਯੁਕਤ ਹੋਏ ਹਨ? ਇਹਦਾ ਜੀ ਹੈਗਾ ਵਾ ਅਜੰਤੀ ਸ਼੍ਰੀਨਿਵਾਸ, ਅਜੰਤੀ ਸ਼੍ਰੀਨਿਵਾਸ ਜੀ ਇਹ ਬਣੇ ਹੈਗੇ ਆ ਜੀ। ਇਹਦੀ ਫੁੱਲ ਫਾਰਮ ਹੈਗੀ ਹੈ ਜੀ ਇੰਟਰਨੈਸ਼ਨਲ ਫਾਈਨੈਂਸੀਕਲ ਸਰਵਿਸ ਸੈਂਟਰਸ ਅਥਾਰਟੀ, ਇਹਦੀ ਫੁੱਲ ਫਾਰਮ ਆ ਜੀ। ਆਪਣਾ ਹੈਗਾ ਅਗਲਾ ਪ੍ਰਸ਼ਨ ਜੀ, ਕਿਹੜੇ ਬੈਂਕ ਨੇ ਲੋਨ ਸਟੈਂਟ ਅਪਰੂਵਲ ਦੇਣ ਦੇ ਲਈ ਸੇਵਾ ਨੂੰ ਲਾਂਚ ਕੀਤਾ? ਹਾਂਜੀ ਗਾਈਸ ਇਹਦਾ ਆਪਣਾ ਹੈਗਾ ਜੀ ਯੈਸ ਬੈਂਕ। ਯੈਸ ਬੈਂਕ ਦੀ ਸਥਾਪਨਾ ਹੋਈ ਹੈ ਜੀ 2004 'ਚ ਅਤੇ ਇਹਦੇ ਸੰਸਥਾਪਕ ਹੈਗੇ ਆ ਜੀ ਰਾਣਾ ਕਪੂਰ ਅਤੇ ਅਸ਼ੋਕ ਕਪੂਰ ਜੀ। ਇਹਦੇ ਮੁੱਖ ਅਧਿਆਲਾ ਹੈਗਾ ਜੀ ਮੁੰਬਈ 'ਚ, ਸੰਸਥਾਪਕ ਰਾਣਾ ਕਪੂਰ ਜੀ ਅਸ਼ੋਕ ਕਪੂਰ ਜੀ ਅਤੇ ਸਥਾਪਨਾ 2004 ਅਤੇ ਇਹਦੇ ਮੁੱਖ ਅਧਿਆਲਾ ਮੁੰਬਈ 'ਚ। ਹਾਂਜੀ ਗਾਈਸ ਆਪਣਾ ਅਗਲਾ ਪ੍ਰਸ਼ਨ ਹੈ ਜੀ, ਕਿਹੜੇ ਦੇਸ਼ ਨੇ ਅੰਤਰਿਕਸ਼ ਵਿੱਚ 04 ਫੋਕਸ ਸਪਾਈ ਸੈਟੇਲਾਈਟ ਨੂੰ ਸਫਲਤਾਪੂਰਵਕ ਲਾਂਚ ਕੀਤਾ? ਹਾਂਜੀ ਇਜ਼ਰਾਈਲ ਨੇ ਲਾਂਚ ਕੀਤਾ ਅਤੇ ਜਿਹਦੀ ਰਾਜਧਾਨੀ ਹੈਗੀ ਹੈ ਜੇਰੂਸਲਮ, ਕਰੰਸੀ ਹੈ ਜੀ ਹੈਗੀ ਹੈ ਇਜ਼ਰਾਈਲੀ ਸੇਕਲੇ ਦੀ ਹੈਗੀ ਹੈ ਜੀ ਕਰੰਸੀ। ਹਾਂਜੀ ਆਪਣਾ ਅਗਲਾ ਪ੍ਰਸ਼ਨ ਪਿੱਛੇ ਕਰ ਗਿਆ ਵਾ ਥੋੜ੍ਹਾ। ਹਾਂਜੀ ਗਾਈਸ ਆਪਣਾ ਅਗਲਾ ਪ੍ਰਸ਼ਨ, ਕਿਹੜੇ ਰਾਜ ਨੇ ਇੰਤਜ਼ਾਰ ਆਪਕਾ ਸੋਸ਼ਲ ਮੀਡੀਆ ਅਭਿਆਨ ਸ਼ੁਰੂ ਕੀਤਾ ਜੀ? ਇਹ ਮੱਧ ਪ੍ਰਦੇਸ਼ ਨੇ ਸ਼ੁਰੂ ਕੀਤਾ ਜੀ, ਸੋਰੀ ਮੈਂ ਸੱਦ ਪਾਤਾ ਜੀ, ਇੱਥੇ ਮੱਧ ਪ੍ਰਦੇਸ਼ ਹੋਣਾ ਸੀਗਾ ਜੀ। ਅਤੇ ਇਹਦਾ ਜੀ ਰਾਜ, ਇਹਦੀ ਰਾਜਧਾਨੀ ਭੋਪਾਲ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀ ਇਹਦੇ। ਹਾਂਜੀ ਗਾਈਸ ਆਪਣਾ ਅਗਲਾ ਪ੍ਰਸ਼ਨ, ਡਾਰਡੋ ਨੇ ਕਿੱਥੇ ਸਰਦਾਰ ਵੱਲਭ ਭਾਈ ਪਟੇਲ ਹਸਪਤਾਲ ਦਾ ਨਿਰਮਾਣ ਕੀਤਾ? ਨਿਊ ਦਿੱਲੀ 'ਚ ਇਹਦਾ ਨਿਰਮਾਣ ਕੀਤਾ। ਇਹਦੀ ਸਥਾਪਨਾ ਹੋਈ 1958 'ਚ। ਹਾਂਜੀ ਆਪਣਾ ਅਗਲਾ ਪ੍ਰਸ਼ਨ, ਕਿਹੜੇ ਰਾਜ ਨੇ ਇੱਕ ਹੀ ਦਿਨ ਵਿੱਚ 25 ਕਰੋੜ ਪੌਦੇ ਲਗਾਏ? ਉੱਤਰ ਪ੍ਰਦੇਸ਼ ਲਗਾਏ ਜੀ। ਇਹਦੀ ਰਾਜਧਾਨੀ ਲਖਨਊ ਅਤੇ ਇਹਦੇ ਹੈਗੇ ਆ ਜੀ CM ਚੀਫ ਮਿਨਿਸਟਰ ਯੋਗੀ ਆਦਿੱਤਿਆਨਾਥ ਯੋਗੀ। ਸੋ ਗਾਈਸ ਉਮੀਦ ਹੈ ਕਿ ਤੁਹਾਨੂੰ ਅੱਜ ਦੇ ਪ੍ਰਸ਼ਨ ਪਸੰਦ ਆਏ ਹੋਣਗੇ। ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਸਟਾਰਟ ਸੋਰੀ ਗਾਈਸ ਤੋ ਵੀਡੀਓ ਪਸੰਦ ਆਏਗੀ। ਧੰਨਵਾਦ।